ਅੰਮ੍ਰਿਤਸਰ ਦੇ ਹਾਲਗੇਟ ਦੇ ਬਾਹਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ ਦੇ ਉੱਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਸੂਬਾ ਸਕੱਤਰ ਪ੍ਰਦੋਮਨ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕੋਟਲਾ ਕਾਜ਼ੀਆ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਦੇ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਪਬਲਿਕ ਅਧਿਕਾਰੀਆਂ ਦੀ ਨਿੱਜੀਕਰਨ ਅਤੇ ਪੰਚਾਇਤੀਕਰਨ ਅਤੇ ਲੋਕ ਮਾਰੂ ਫੈਸਲੇ ਲਾਗੂ ਕਰਨ ਦੇ ਉੱਤੇ ਮੁਲਾਜ਼ਮਾਂ ਦੇ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਹੈ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਕਟ 2016 ਲਾਗੂ ਨਾ ਕੀਤਾ ਗਿਆ ਤਾਂ ਅਗਲਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਗੁਰਮੀਤ ਸਿੰਘ ਜੀ, ਇਹ ਪੁਤਲਾ ਜੀ, ਇਹ ਕੈਪਟਨ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਕਿ ਘਰ ਘਰ ਨੌਕਰੀ ਦਿੱਤੀ ਜਾਊਗੀ, ਘਰ ਘਰ ਤੋਂ ਨੌਕਰੀ ਕੀ ਦੇਣੀ ਹੈ? ਉਹਨੇ ਜਿਹੜਾ ਐਕਟ ਦੇ ਵਿੱਚ ਲਾਗੂ ਹੋਇਆ ਸੀ ਐਕਟ, ਉਹਨੂੰ ਲਾਉਣ ਦੇ ਵਿੱਚ ਵੀ ਇਹ ਜਿਹੜਾ ਇਹ ਕੰਨੀ ਖੜਕਾਉਣ ਡਿਆ ਆ, ਝੂਠੇ ਵਾਅਦੇ ਲੋਕਾਂ ਨਾਲ ਕਰਕੇ ਇਹਨੇ ਜਿਹੜੀਆਂ ਆਪਣੀਆਂ ਵੋਟਾਂ ਜਿਹੜੀਆਂ ਬਣਾ ਲਈਆਂ ਨੇ, ਪਰ ਝੂਠੀਆਂ ਸਮਾਂ ਗੁਟਕਾ ਸਾਹਿਬ ਲੈ ਕੇ ਇਹਨਾਂ ਖਾਧੀਆਂ ਨੇ, ਜਿਹਨੇ ਕੰਮ ਨਹੀਂ ਕਰਨਾ ਕਿਉਂ ਸਮਾਂ ਖਾਧੀਆਂ? ਅਸੀਂ ਵਾਟਰ ਸਪਲਾਈ, ਜਲ ਸਪਲਾਈ ਕੰਟਰੈਕਟ ਵਰਕਰ, ਸਾਨੂੰ ਇਹਨਾਂ ਨੇ ਵਾਅਦੇ ਕੀਤੇ ਕਿ ਤੁਹਾਨੂੰ ਮਹਿਕਮੇ 'ਚ ਲਿਆ ਕੇ ਰੈਗੂਲੇਟ ਕੀਤਾ ਜਾਊਗਾ, ਤੁਹਾਡੀ ਲੇਟਮੈਂਟ ਪਾਲਿਸੀ ਜਿਹੜੀ ਕੈਂਸਲ ਕੀਤੀ ਜਾਊਗੀ, ਪਰ ਨਾ ਤਾਂ ਅੱਜ ਦੇ ਦਿਨਾਂ ਤੱਕ ਸਾਡੀ ਲੇਟਮੈਂਟ ਪਾਲਿਸੀ ਕੈਂਸਲ ਕੀਤੀ ਗਈ ਆ, ਨਾ ਸਾਡੇ ਸਾਥੀਆਂ ਨੂੰ ਲਿਆਂਦਾ ਗਿਆ ਮਹਿਕਮੇ 'ਚ, ਅਤੇ ਜਿਹੜੇ ਸਾਡੇ ਬੰਦੇ ਲੇਟਮੈਂਟ ਦੇ ਲੱਗੇ ਸੀ ਉਹਨਾਂ ਨੂੰ ਵੀ ਆਨੇ ਬਹਾਨੇ ਨਾਲ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਪਹਿਲਾਂ ਤਾਂ ਸਾਡੀ ਇਹ ਗੱਲ ਹੈ ਵੀ ਜਿਹੜੇ ਬੰਦੇ ਸਾਡੇ ਬਾਹਰ ਕੀ ਕੱਢੇ ਨੇ ਉਹਨਾਂ ਨੂੰ ਮਹਿਕਮੇ 'ਚ ਲਿਆਂਦਾ ਜਾਵੇ, ਉਹਨਾਂ ਦੀ ਲੇਟਮੈਂਟ ਪਾਲਿਸੀ ਰੱਦ ਕਰਕੇ ਇਹਨਾਂ ਨੂੰ ਮਹਿਕਮੇ ਦੇ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇ। ਜਿਹੜਾ ਸਰਕਾਰ ਨੇ ਐਕਟ ਲਾਗੂ ਕੀਤਾ ਸੀ, ਗਰਨਾਲਾ ਕੋਲੋਂ ਪਾਸ ਕਰਾਇਆ ਸੀ, ਉਹਨੂੰ ਹੁਣ ਲਾਗੂ ਕੀਤਾ ਜਾਵੇ, ਉਹਦੇ 'ਚ ਜਿਹੜੀਆਂ ਸੋਧਾਂ ਕਰਨ ਵਾਲੀਆਂ ਨੇ ਉਹ ਥੋੜ੍ਹੀਆਂ ਬਹੁਤੀਆਂ ਸੋਧਾਂ ਕਰਕੇ ਉਹ ਐਕਟ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ। ਅਗਰ ਜੇ ਕੈਪਟਨ ਸਰਕਾਰ ਲਾਗੂ ਨਹੀਂ ਕਰਦੀ ਫਿਰ ਸਾਡਾ ਠੇਕਾ ਸੰਘਰਸ਼ ਮੋਰਚਾ ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਦੇ ਨਾਲ ਹੋ ਕੇ ਤਿੱਖੇ ਤੋਂ ਤਿੱਖਾ ਸੰਘਰਸ਼ ਕੀਤਾ ਜਾਊ ਤੇ ਕੈਪਟਨ ਸਰਕਾਰ ਨੂੰ ਭਾਜੜਾਂ ਪਾਤੀਆਂ ਜਾਣਗੀਆਂ, ਇਹਨਾਂ ਦਾ ਮੋਤੀ ਮਹਿਲ ਜਿਹੜਾ ਉਹ ਵੀ ਘੇਰਿਆ ਜਾਊਗਾ, ਪਟਿਆਲੇ ਵੀ ਇਹਨਾਂ ਨੂੰ ਕਾਬੂ ਕੀਤਾ ਜਾਊਗਾ। ਅੱਜ ਅਸੀਂ ਜੀ ਕੈਪਟਨ ਸਰਕਾਰ ਦੀ ਪੰਜਾਬ ਸਰਕਾਰ ਦੀ ਅਰਥੀ ਫੂਕੀ ਆ ਇਸ ਕਰਕੇ ਕਿ ਸਾਡੀ ਲਿਸਟਮੈਂਟ ਪਾਲਿਸੀ ਜਿਹੜੀ ਆ ਤੋੜ ਕੇ ਸਾਨੂੰ ਮਹਿਕਮੇ 'ਚ ਲਿਆ ਕੇ ਤੇ ਰੈਗੂਲਰ ਕੀਤਾ ਜਾਵੇ, ਇਹ ਮੇਨ ਮੰਗ ਹੈ ਸਾਡੀ, ਤੇ ਪੰਚਾਇਤੀ ਕਰਨ ਨਿੱਜੀ ਕਰਨ ਨੂੰ ਬੰਦ ਕੀਤਾ ਜਾਵੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਜੀਤ ਸਿੰਘ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।